Sikh vision to know Sikhism. Babe ditthi pirthmi nave khand jithe tak ahi phir jaye chadya sumer par sidh mandali drishti aayi. Babe ditthi pirthmi nave khand jithe tak ahi phir jaye chadya sumer par sidh mandali drishti aayi. 84 ਸਿੱਧ ਗੋਰ ਖਾਦ ਮਨ ਅੰਦਰ ਗਣਤੀ ਵਰਤਾਈ ਸਿੱਧ ਪੁੱਛਣ ਸੁਣ ਬਾਲਿਆ ਕੌਣ ਸ਼ਕਤ ਤੋਹੇ ਇੱਥੇ ਲਿਆਈ ਹਉਂ ਜਪਿਆ ਪਰਮੇਸ਼ਰੋ ਭਾਓ ਭਗਤ ਸੰਗ ਤਾੜੀ ਲਾਈ ਆਖਣ ਸਿੱਧ ਸੁਣ ਬਾਲਿਆ ਆਪਣਾ ਨਾਉ ਤੁਮ ਦੇਹੋ ਬਤਾਈ ਬਾਬਾ ਆਖੇ ਨਾਥ ਜੀ ਨਾਨਕ ਨਾਮ ਜਪੇ ਗਤ ਪਾਈ ਨੀਚ ਕਹਾਏ ਊਚ ਕਰਿਆਈ ਨੀਚ ਕਹਾਏ ਊਚ ਕਰਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਵਾਰੇ ਸਤਸੰਗੀ ਜਨੋ ਆਪ ਜੀ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ 28 ਨੰਬਰ ਪੌੜੀ ਦਾ ਪਾਠ ਸ਼ਰਵਣ ਕੀਤਾ ਹੈ ਪਿਛਲੇਰੀਆਂ ਪੌੜੀਆਂ ਦੇ ਵਿੱਚ ਖਾਸ ਰੂਪ ਵਿੱਚ ਇਸੇ ਹੀ ਵਾਰ ਦੀ ਪਹਿਲੀ ਵਾਰ ਦੀ 27 ਨੰਬਰ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਗਿਆਨ ਦੇ ਦੁਆਰਾ ਲੋਕਾਂ ਦੇ ਵਿੱਚ ਪ੍ਰਗਟ ਹੋਣਾ ਭਾਵ ਜਦੋਂ ਸਤਿਗੁਰੂ ਜੀ ਨੇ ਆਪਣੇ ਮਤ ਦਾ ਆਪਣੇ ਉਪਦੇਸ਼ ਦਾ ਆਪਣੇ ਗਿਆਨ ਦਾ ਵਿਸਥਾਰ ਕੀਤਾ ਲੋਕਾਈ ਆਲਾ ਦੁਆਲਾ ਸਤਿਗੁਰੂ ਪਾਤਸ਼ਾਹ ਦੇ ਗੁਰਮਤ ਦੇ ਗਿਆਨ ਤੋਂ ਜਾਣੂ ਹੋਣ ਲੱਗਿਆ ਇਸ ਭਾਵ ਨੂੰ ਪ੍ਰਗਟ ਕਰਨ ਵਾਲੀ ਇਹ ਸਮੁੱਚੀ ਪੌੜੀ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ ਇਹ ਸਾਰੀ ਦੀ ਸਾਰੀ ਪੰਕਤੀ ਦੇ ਵਿੱਚ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਨੇ ਇਸ ਪੱਖ ਨੂੰ ਬੜਾ ਉਘਾੜ ਕੇ ਬਿਆਨ ਕੀਤਾ ਹੈ 28 ਨੰਬਰ ਪੌੜੀ ਅਤੇ ਇਸ ਤੋਂ ਅਗਲੇਰੀਆਂ ਪੌੜੀਆਂ ਖਾਸ ਰੂਪ ਦੇ ਵਿੱਚ ਸਿੱਧਾਂ ਦੇ ਨਾਲ ਹੋਈਆਂ ਗੋਸ਼ਟੀਆਂ ਦੇ ਸੰਬੰਧ ਵਿੱਚ ਨੇ ਅਗਲੇਰੀਆਂ ਚਾਰ ਪੌੜੀਆਂ 28, 29, 30 ਅਤੇ 31 ਨੰਬਰ ਪੌੜੀ ਇਹਨਾਂ ਚਾਰ ਪੌੜੀਆਂ ਦੇ ਵਿੱਚ ਸਿੱਧਾਂ ਦੇ ਨਾਲ ਜੋ ਵਾਰਤਾਲਾਪ ਜੋ ਵਿਚਾਰ ਜੋ ਚਰਚਾ ਜੋ ਸੰਵਾਦ ਗੁਰੂ ਨਾਨਕ ਪਾਤਸ਼ਾਹ ਜੀ ਦਾ ਹੋਇਆ ਬੜਾ ਸੰਖੇਪ ਮਾਤਰ ਜ਼ਿਕਰ ਭਾਈ ਗੁਰਦਾਸ ਜੀ ਨੇ ਇਹਨਾਂ ਪੌੜੀਆਂ ਦੇ ਵਿੱਚ ਕੀਤਾ ਹੈ ਭਾਰਤ ਦੀ ਭੂਮੀ ਦੇ ਉੱਤੇ ਬਹੁਤ ਸਾਰੇ ਧਰਮ ਦੇ ਨਾਮ ਦੇ ਉੱਤੇ ਫਿਰਕੇ ਹਨ ਸੰਪਰਦਾਏ ਹਨ ਉਹਨਾਂ ਵਿੱਚੋਂ ਸਭ ਤੋਂ ਇੱਕ ਵੱਡਾ ਗਰੁੱਪ ਜਿਹੜਾ ਇੱਕ ਵੱਡਾ ਜਥਾ ਜਿਹੜਾ ਇੱਕ ਵੱਡਾ ਟੋਲਾ ਜਿਹੜਾ ਉਹ ਹੈ ਯੋਗ ਮਤ ਯੋਗ ਮਤ ਦੀ ਸੰਪਰਦਾਏ ਆਪਣਾ ਮੂਲ ਸ਼ਿਵ ਦੇ ਨਾਲ ਜਾ ਕੇ ਜੋੜਦੀ ਹੈ ਗੋਰਖਨਾਥ ਇਹਨਾਂ ਦਾ ਮੁੱਖ ਆਗੂ ਹੈ 84 ਸਿੱਧਾਂ ਦਾ ਜ਼ਿਕਰ ਆਉਂਦਾ ਹੈ 9 ਨਾਥਾਂ ਦਾ ਜ਼ਿਕਰ ਆਉਂਦਾ ਹੈ ਯੋਗ ਮਤ ਦਾ ਭਾਰਤ ਦੇ ਵਿੱਚ ਸਦੀਆਂ ਤੋਂ ਲੈ ਕੇ ਬੜਾ ਵੱਡੀ ਪੱਧਰ ਦੇ ਉੱਤੇ ਬੋਲਬਾਲਾ ਰਿਹਾ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਦੇ ਹਾਂ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਥਾਂ ਦੇ ਉੱਤੇ 3 ਮੁੱਖ ਧਾਰਮਿਕ ਆਗੂਆਂ ਦਾ ਜ਼ਿਕਰ ਕੀਤਾ ਹੈ ਉਹਦੇ ਵਿੱਚ ਇੱਕ ਜ਼ਿਕਰ ਯੋਗੀ ਦਾ ਹੈ ਜਿਵੇਂ ਗੁਰੂ ਪਾਤਸ਼ਾਹ ਨੇ ਬਾਣੀ 'ਚ ਕਿਹਾ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਹਾਵੈ ਜੀਆਂ ਕਾਏ ਜੋਗੀ ਜੁਗਤ ਨਾ ਜਾਣੈ ਅੰਧ ਤੀਨੇ ਉਜਾੜੇ ਕਾ ਬੰਧ ਕਾਜੀ ਦਾ ਸੰਬੰਧ ਇਸਲਾਮ ਮਜ਼ਹਬ ਦੇ ਨਾਲ ਹੈ ਜਿਹੜਾ ਉਹਨਾਂ ਦਾ ਧਾਰਮਿਕ ਆਗੂ ਹੈ ਅਤੇ ਉਹਨਾਂ ਸਮਿਆਂ 'ਚ ਧਾਰਮਿਕ ਆਗੂ ਹੋਣ ਦੇ ਨਾਲ ਨਾਲ ਜਿੰਨਾ ਵੀ ਰਾਜ ਪ੍ਰਬੰਧ ਸੀ ਉਹ ਧਾਰਮਿਕ ਲੇਬਲ ਦੇ ਹੇਠ ਧਾਰਮਿਕ ਫੱਟੇ ਦੇ ਹੇਠ ਪਠਾਨ ਜਾਂ ਮੁਗਲ ਚਲਾਉਂਦੇ ਸਨ ਉਹਨਾਂ ਨੇ ਅਦਾਲਤਾਂ ਦੇ ਵਿੱਚ ਕਜ਼ੀਏ ਨਿਬੇੜਨ ਵਾਸਤੇ ਫੈਸਲੇ ਕਰਨ ਵਾਸਤੇ
ਜੱਜਾਂ ਦੀਆਂ ਜਿਹੜੀਆਂ ਪਦਵੀਆਂ ਸਨ ਉਹ ਜੱਜ ਕਾਜ਼ੀਆਂ ਨੂੰ ਹੀ ਨਿਯੁਕਤ ਕੀਤਾ ਸੀ ਕਿਉਂਕਿ ਸਾਰੇ ਫੈਸਲੇ ਸ਼ਰੀਅਤ ਮੁਤਾਬਕ ਕੀਤੇ ਜਾਂਦੇ ਸਨ। ਦੂਸਰਾ ਮਜ਼ਹਬ ਜਿਸ ਨੂੰ ਪੁਰਾਣਕ ਵਿਪਰਵਾਦੀ ਮਜ਼ਹਬ ਕਿਹਾ ਜਾਂਦਾ ਹੈ, ਉਸ ਦਾ ਮੁੱਖ ਆਗੂ ਬ੍ਰਾਹਮਣ ਸੀ। ਬ੍ਰਾਹਮਣ ਦੇ ਲਿਖੇ ਹੋਏ ਗ੍ਰੰਥ, ਉਹਦੀ ਵਰਣ ਵਿਵਸਥਾ, ਜਾਤ ਪਾਤੀ ਪ੍ਰਬੰਧ, ਕਰਮਕਾਂਡਾਂ ਦਾ ਬੋਲਬਾਲਾ, ਤੀਰਥਾਂ ਦੇ ਉੱਤੇ ਇਹ ਸਾਰਾ ਕੁਝ, ਇਹ ਜਿੰਨਾ ਵੀ ਵੱਡੇ ਦਾ ਵੱਡਾ ਖਿਲਾਰਾ ਹੈ, ਇਹ ਸਾਰੇ ਦਾ ਕਰਤਾ ਧਰਤਾ ਅਤੇ ਸੰਚਾਲਕ ਮੁੱਖ ਸ਼ਕਤੀ ਜਿਹੜੀ ਹੈ ਉਹ ਹੈ ਬ੍ਰਾਹਮਣ। ਬ੍ਰਾਹਮਣ ਦੀ ਪਦ ਪਦਵੀ ਕੀ ਹੈ, ਉਸ ਦਾ ਮਾਣ ਸਨਮਾਨ ਕਿਹੋ ਜਿਹਾ ਹੋਵੇ, ਉਸ ਨੂੰ ਲੋਕ ਕਿਹੜੀ ਨਜ਼ਰ ਨਾਲ ਵੇਖਣ, ਇਹ ਆਮ ਸਮਾਜ ਸਧਾਰਨ ਸਮਾਜ ਦੇ ਵਿੱਚੋਂ ਵੀ ਅਤੇ ਉਹਨਾਂ ਦੇ ਗ੍ਰੰਥਾਂ ਦੇ ਵਿੱਚੋਂ ਬੜੀ ਸੌਖੇ ਢੰਗ ਨਾਲ ਸਮਝਿਆ ਜਾ ਸਕਦਾ। ਅਤੇ ਤੀਸਰਾ ਯੋਗੀ, ਪੰਜਾਬ ਦੀ ਧਰਤੀ ਦੇ ਉੱਤੇ ਵੀ ਖਾਸ ਤੌਰ ਦੇ ਉੱਤੇ ਯੋਗ ਮਤ ਦਾ ਬੜਾ ਕਾਫੀ ਬੋਲਬਾਲਾ ਸੀ। ਅੱਜ ਦੇ ਸਮੇਂ ਵਿੱਚ ਵੀ ਤੁਸੀਂ ਵੇਖੋਗੇ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਯੋਗੀਆਂ ਅਤੇ ਨਾਥਾਂ ਦੇ ਡੇਰੇ ਹਨ। ਉਹਨਾਂ ਯੋਗੀਆਂ ਦੀ, ਨਾਥਾਂ ਦੀ ਅੱਜ ਵੀ ਉੱਥੇ ਪੂਜਾ ਕੀਤੀ ਜਾਂਦੀ ਹੈ ਵੱਖ ਵੱਖ ਤਰੀਕਿਆਂ ਦੇ ਨਾਲ। ਪਰ ਜਿਸ ਸਮੇਂ ਦੀ ਆਪਾਂ ਗੱਲ ਕਰ ਰਹੇ ਹਾਂ ਉਸ ਵੇਲੇ ਯੋਗ ਮਤ ਦਾ ਬੜੀ ਵੱਡੀ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਬੋਲਬਾਲਾ ਸੀ। ਬੜੀਆਂ ਵੱਡੀਆਂ ਵੱਡੀਆਂ ਥਾਵਾਂ ਯੋਗੀਆਂ ਦੀਆਂ ਰਾਖਵੀਆਂ ਸਨ ਅਤੇ ਪਿੰਡਾਂ ਦੇ ਪਿੰਡ ਇਹਨਾਂ ਨਾਥਾਂ, ਯੋਗੀਆਂ ਅਤੇ ਸਿੱਧਾਂ ਦੀ ਪੂਜਾ, ਉਪਾਸ਼ਨਾ, ਸਤਿਕਾਰ, ਮਾਣ ਵਾਸਤੇ ਤਤਪਰ ਰਹਿੰਦੇ ਸਨ। ਕਹਿਣ ਨੂੰ ਯੋਗ ਮਤ ਇੱਕ ਤਿਆਗੀ ਫਿਰਕਾ ਹੈ ਜਿਹੜਾ ਗ੍ਰਸਤ ਨੂੰ, ਸਮਾਜ ਦੀ ਕਿਰਤਕਾਰ ਨੂੰ, ਸਮਾਜ ਦੇ ਸੰਬੰਧਾਂ ਨੂੰ ਪੂਰੀ ਤਰ੍ਹਾਂ ਨਾਲ ਨਕਾਰਦਾ ਹੈ ਔਰ ਔਰਤ ਨੂੰ ਬੜੀ ਘਿਰਣਾ ਦੀ ਦ੍ਰਿਸ਼ਟੀ ਦੇ ਨਾਲ ਵੇਖਦਾ ਹੈ। ਗੋਰਖਨਾਥ ਦੇ ਉੱਤੇ ਪ੍ਰਚਲਿਤ ਬਾਣੀ ਦੇ ਵਿੱਚ ਔਰਤ ਨੂੰ ਬਘਿਆੜਨ ਤੱਕ ਕਿਹਾ ਗਿਆ, ਬਾਗਨ ਜਿੰਦ ਲੇ, ਬਾਗਨ ਬਿੰਦ ਲੇ, ਬਾਗਨ ਹਮਰੀ ਕਾਇਆ, ਇਨ ਬਾਗਨ ਤਰੈ ਲੋਈ ਖਾਈ, ਇਉਂ ਕਹੇ ਗੋਰਖ ਰਾਇਆ। ਪਰ ਇਸ ਦੇ ਬਾਵਜੂਦ ਵੀ ਗ੍ਰਿਸਤੀ ਲੋਕਾਂ ਨੇ, ਸਮਾਜਿਕ ਲੋਕਾਂ ਨੇ, ਕਿਰਤੀ ਲੋਕਾਂ ਨੇ ਔਰ ਔਰਤਾਂ ਨੇ ਵੀ ਪੂਜਾ ਕਰਨ ਵਿੱਚ, ਮਾਣ ਸਨਮਾਨ ਦੇਣ ਵਿੱਚ, ਭਿੱਖਿਆ ਦੇ ਕੇ ਇਹਨਾਂ ਨੂੰ ਪਾਲਣ ਵਿੱਚ ਕੋਈ ਕਿਸੇ ਕਿਸਮ ਦੀ ਕਸਰ ਨਹੀਂ ਰਹਿਣ ਦਿੱਤੀ, ਕਿਉਂਕਿ ਆਮ ਸਧਾਰਨ ਗ੍ਰਿਸਤੀ ਮਨੁੱਖ, ਕਿਰਤੀ ਮਨੁੱਖ, ਸਮਾਜ ਵਿੱਚ ਰਿਸ਼ਤਿਆਂ ਵਿੱਚ ਬੱਝਾ ਹੋਇਆ ਮਨੁੱਖ, ਜੀਵਨ ਜਿਉਣ ਵਾਲਾ, ਜੀਵਨ ਦੀਆਂ ਮੁਸ਼ਕਲਾਂ, ਦੁੱਖਾਂ ਸੁੱਖਾਂ ਅਤੇ ਵਿਪਦਾਵਾਂ ਨਾਲ ਜਦੋਂ ਦੋ ਚਾਰ ਹੁੰਦਾ ਤਾਂ ਉਹ ਕੁਝ ਆਸਰਾ ਲੱਭਦਾ ਜਿਹੜਾ ਉਸਨੂੰ ਆਤਮਕ ਮਾਨਸਿਕ ਤੌਰ ਦੇ ਉੱਤੇ ਟਿਕਾਓ ਅਤੇ ਠਹਿਰਾ ਦੇ ਸਕੇ ਅਤੇ ਉਸਦਾ ਧਿਆਨ ਕੁਝ ਕਰਨੀ ਕਮਾਈ ਵਾਲੇ ਲੋਕਾਂ ਵੱਲ ਜਾਂਦਾ। ਜਿਨ੍ਹਾਂ ਲੋਕਾਂ ਦਾ ਇਹ ਪ੍ਰਭਾਵ ਸਮਾਜ ਵਿੱਚ ਬਣਿਆ ਹੁੰਦਾ ਕਿ ਬੜੀ ਕਮਾਈ ਵਾਲੇ ਨੇ, ਕਰਨੀ ਵਾਲੇ ਨੇ, ਰੱਬ ਦੇ ਨੇੜੇ ਨੇ, ਇਹ ਲੋਕ ਸਾਨੂੰ ਮਨ ਦਾ ਸੁੱਖ, ਸੰਤੁਸ਼ਟੀ ਅਤੇ ਸਾਡੇ ਭਲੇ ਦੀ ਕਾਮਨਾ ਕਰਨ ਵਾਲੇ ਨੇ, ਇਹਨਾਂ ਲੋਕਾਂ ਦੀ ਪੂਜਾ ਪ੍ਰਤਿਸ਼ਠਾ ਕਰਕੇ, ਮਾਣ ਸਨਮਾਨ ਕਰਕੇ, ਉਪਾਸ਼ਨਾ ਕਰਕੇ, ਇਹਨਾਂ ਨੂੰ ਗੁਰੂ ਧਾਰ ਕੇ, ਪੂਜਾ ਭੇਟਾ ਆਦਿਕ ਦੇ ਕੇ, ਨਮਸਕਾਰਾਂ ਕਰਕੇ ਇਹਨਾਂ ਦੇ ਕੋਲੋਂ ਆਸ਼ੀਰਵਾਦ ਲਏ ਜਾਂਦੇ ਨੇ ਮਾਨਸਿਕ ਆਤਮਕ ਤਸੱਲੀ ਵਾਸਤੇ। ਤੋ ਇਸ ਤਰ੍ਹਾਂ ਦੋਵੇਂ ਧਿਰਾਂ ਹੀ ਇੱਕ ਦੂਜੇ ਦੀ ਲੋੜ ਪੂਰੀ ਕਰਦੀਆਂ ਨੇ। ਇੱਕ ਮਾਨਸਿਕ ਤੌਰ 'ਤੇ ਅਪਾਹਜ ਹੈ, ਆਤਮਕ ਤੌਰ 'ਤੇ ਟੁੱਟਾ ਹੋਇਆ ਮਨੁੱਖ ਹੈ, ਭਾਵੇਂ ਉਹ ਕਿਰਤ ਨਾਲ ਪਰਿਵਾਰ ਪਾਲਦਾ ਹੈ, ਸਮਾਜ ਵਿੱਚ ਰਹਿੰਦਾ ਹੈ, ਸਥਾਪਿਤ ਹੈ, ਉਹ ਲੋੜਾਂ ਪੂਰੀਆਂ ਕਰ ਸਕਦਾ, ਪਰ ਉਹਦੀ ਮਾਨਸਿਕ ਅਤੇ ਆਤਮਕ ਟੁੱਟ ਭੱਜ ਇਸ ਵਹਿਮ ਅਤੇ ਭਰਮ ਦੇ ਦੁਆਰਾ ਪੂਰੀ ਕੀਤੀ ਜਾਂਦੀ, ਜੋ ਯੋਗੀਆਂ ਜਾਂ ਹੋਰ ਪੁਜਾਰੀਆਂ ਦੇ ਦੁਆਰਾ, ਸਾਧੂਆਂ ਸੰਪਰਦਾਇਆਂ ਦੇ ਦੁਆਰਾ ਇਹਨਾਂ ਲੋਕਾਂ ਨੂੰ ਜੋ ਦਰਸਾਇਆ ਜਾਂਦਾ, ਕਰਮ ਦੱਸੇ ਜਾਂਦੇ, ਵਰ ਦਿੱਤੇ ਜਾਂਦੇ, ਅਸੀਸਾਂ ਦਿੱਤੀਆਂ ਜਾਂਦੀਆਂ, ਆਸ਼ੀਰਵਾਦ ਵੰਡੇ ਜਾਂਦੇ ਇਤਿਆਦਕ। ਅਤੇ ਦੂਜੇ ਪਾਸੇ ਐਸੇ ਤਿਆਗੀ ਫਿਰਕਿਆਂ ਨੂੰ ਆਪਣੇ ਤਨ 'ਤੇ ਕੱਪੜਾ ਪਹਿਨਣ ਦੀ ਵੀ ਲੋੜ ਸੀ ਅਤੇ ਖਾਣ ਪੀਣ ਦੀ ਵੀ ਲੋੜ ਸੀ ਅਤੇ ਮਾਣ ਸਨਮਾਨ ਦੀ ਜ਼ਰੂਰਤ ਵੀ ਸੀ। ਇਹ ਮਨੁੱਖ ਦੇ ਜੀਵਨ ਦੀਆਂ ਮੁੱਢਲੀਆਂ ਲੋੜਾਂ ਨੇ ਅਤੇ ਟਿਕਾਣਿਆਂ ਦੀ ਲੋੜ ਵੀ ਸੀ। ਇਹਨਾਂ ਦੀ ਸਾਰੀ ਆਓ ਭਗਤ ਅਤੇ ਦੇਖਭਾਲ ਗ੍ਰਿਸਤੀ, ਕਿਰਤੀ, ਸਮਾਜਿਕ ਲੋਕ ਕਰਦੇ। ਇਸ ਤਰ੍ਹਾਂ ਕੋਈ ਕਹਿ ਨਹੀਂ ਸਕਦਾ ਵੀ ਇਹਨਾਂ ਦੋਵਾਂ ਧਿਰਾਂ ਦੇ ਵਿੱਚੋਂ ਕਿਹੜੀ ਧਿਰ ਕਿਸ ਨੂੰ ਵਰਤ ਰਹੀ ਸੀ। ਕੁੱਲ ਮਿਲਾ ਕੇ ਦੋਵੇਂ ਹੀ ਅਪਾਹਜ ਸਨ ਇੱਕ ਇੱਕ ਪੱਖ ਤੋਂ। ਇੱਕ ਲੋੜਾਂ ਪੱਖੋਂ ਸੀ, ਸਰੀਰ ਦੀਆਂ, ਬਾਹਰ ਦੀਆਂ ਲੋੜਾਂ, ਅਤੇ ਦੂਜਾ ਆਤਮਕ ਅਤੇ ਮਾਨਸਿਕ ਲੋੜਾਂ ਪੱਖੋਂ।
ਪੰਜਾਬ ਦੇ ਸਮੁੱਚੇ ਖੇਤਰ ਦੇ ਵਿੱਚ ਯੋਗੀਆਂ ਦਾ ਬੜਾ ਵੱਡੀ ਪੱਧਰ ਦੇ ਉੱਤੇ ਪਸਾਰਾ ਸੀ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਨੂੰ ਪੜ੍ਹਦਿਆਂ ਗੁਰੂ ਮਹਾਰਾਜ ਦੀਆਂ ਕਈ ਗੋਸ਼ਟਾਂ ਸਿੱਧਾਂ ਦੇ ਨਾਲ ਹੋਈਆਂ। ਪਰ ਭਾਈ ਗੁਰਦਾਸ ਜੀ ਇੱਥੇ ਜਿਹੜੀ ਪੌੜੀ ਦਾ ਜ਼ਿਕਰ ਕਰ ਰਹੇ ਨੇ, ਇਹਨਾਂ ਪੌੜੀਆਂ ਦਾ ਸੰਬੰਧ ਸੁਮੇਰ ਪਰਬਤ ਦੇ ਨਾਲ ਹੈ। ਯੋਗੀ ਲੋਕ, ਯੋਗੀਆਂ ਦੇ ਵਿੱਚ ਜਿਹੜੇ ਪੁੱਗੇ ਹੋਏ ਲੋਕ, ਯੋਗੀ ਜਿਨ੍ਹਾਂ ਨੂੰ ਕਿਹਾ ਜਾਂਦਾ, ਜਿਹੜੇ ਪਰਫੈਕਟ ਯੋਗੀ ਮੰਨੇ ਜਾਂਦੇ ਨੇ, ਜਿਨ੍ਹਾਂ ਨੂੰ ਯੋਗ ਮਤ ਦੀ ਥਿਊਰੀ ਦਾ, ਮਰਿਆਦਾ ਦਾ ਗਿਆਨ ਹੈ, ਜਿਨ੍ਹਾਂ ਨੇ ਬਹੁਤ ਪੁਰਾਣਾ ਲੰਮਾ ਸਮਾਂ ਜਿਹੜਾ ਪੁਰਾਣੇ ਵਕਤ ਤੋਂ ਯੋਗ ਮਤ ਨਾਲ ਸੰਬੰਧਿਤ ਚੱਲੇ ਆ ਰਹੇ ਨੇ, ਯੋਗੀਆਂ ਦੀ ਉੱਚੀ ਸ਼੍ਰੇਣੀ ਨੂੰ ਸਿੱਧ ਕਿਹਾ ਜਾਂਦਾ। ਸਿੱਧ ਦਾ ਅਰਥ ਆ ਪੁੱਗਿਆ ਹੋਇਆ ਯੋਗੀ, ਇੱਕ ਤਰ੍ਹਾਂ ਦੇ ਲੀਡਰ ਕਹਿ ਲਓ, ਆਗੂ ਕਹਿ ਲਓ ਯੋਗ ਮਤ ਦੇ। ਯੋਗ ਮਤ ਦੇ 12 ਫਿਰਕੇ ਨੇ। 12 ਫਿਰਕਿਆਂ ਦੇ ਮੁਖੀ ਜਿਹੜੇ ਸਨ ਜਾਂ ਵੱਡੇ ਯੋਗੀ ਜਿਹੜੇ ਮੰਨੇ ਜਾਂਦੇ ਸਨ, ਉਹਨਾਂ ਨੂੰ ਸਿੱਧ ਕਹਿ ਕੇ ਪੁਕਾਰਿਆ ਜਾਂਦਾ ਸੀ। ਔਰ ਇਹਨਾਂ ਸਿੱਧਾਂ ਦੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਚਰਚਾ ਹੁੰਦੀ ਹੈ। ਇਹ ਸਿੱਧ ਲੋਕ ਆਮ ਤੌਰ ਦੇ ਉੱਤੇ ਕੈਲਾਸ਼ ਪਰਬਤ ਵੱਲ, ਇਹਨਾਂ ਪਹਾੜਾਂ ਦੀਆਂ ਗੁਫਾਵਾਂ ਵਿੱਚ ਵੀ ਸਮਾਂ ਬਤੀਤ ਕਰਦੇ ਅਤੇ ਬੜੀ ਦੇਰ ਬਾਅਦ ਆਪਣੀ ਤਪ ਸਾਧਨਾ ਕਰਦਿਆਂ, ਯੋਗ ਸਾਧਨਾ ਕਰਦਿਆਂ, ਫਿਰ ਆਮ ਸਮਾਜ ਵਿੱਚ ਕਦੇ ਕਦਾਈ ਗੇੜਾ ਮਾਰਦੇ, ਘੁੰਮਦੇ ਫਿਰਦੇ ਰਹਿੰਦੇ ਸਨ, ਇੱਕ ਜਗ੍ਹਾ 'ਤੇ ਨਹੀਂ ਸਨ ਟਿਕਦੇ। ਆਮ ਤੌਰ 'ਤੇ ਇਹਨਾਂ ਨੇ ਤੀਰਥਾਂ 'ਤੇ ਜਾਣਾ, ਸ਼ਿਵਾਲਿਆਂ ਵਿੱਚ ਜਾਣਾ, ਪਿੰਡੋ ਪਿੰਡ ਘੁੰਮ ਕੇ ਫਿਰ ਵਾਪਸ ਪਹਾੜਾਂ ਦੀਆਂ ਕੰਧਰਾਂ ਵਿੱਚ ਜਾ ਕੇ ਫਿਰ ਲੰਮਾ ਸਮਾਂ ਯੋਗ ਸਾਧਨਾਵਾਂ, ਜੋ ਇਹਨਾਂ ਨੇ ਆਪਣੀ ਇੱਕ ਤਰਤੀਬ ਬਣਾਈ ਹੋਈ ਸੀ ਉਸ ਮੁਤਾਬਕ ਕਰਦੇ ਰਹਿੰਦੇ ਸਨ। ਅੱਜ ਵੀ ਕੈਲਾਸ਼ ਪਰਬਤ ਦੀ ਯਾਤਰਾ ਵਾਸਤੇ, ਮਾਨ ਸਰੋਵਰ ਯਾਤਰਾ ਵਾਸਤੇ ਬਹੁਤਾਤ ਐਸੇ ਯੋਗੀ ਆਮ ਸ਼ਰਧਾਲੂਆਂ ਦੇ ਨਾਲ, ਭਗਵੇਂ ਕੱਪੜਿਆਂ ਵਾਲੇ ਸਾਧੂ ਬਹੁਤਾਤ ਵਿੱਚ ਜਾਂਦੇ ਨੇ। ਉਹਨਾਂ ਸਮਿਆਂ ਦੇ ਵਿੱਚ ਕੈਲਾਸ਼ ਪਰਬਤ, ਮਾਨ ਸਰੋਵਰ 'ਤੇ ਬਹੁਤ ਸਾਰੇ ਜਿੱਥੇ ਸ਼ਰਧਾਲੂ ਦੂਰੋਂ ਯਾਤਰਾ ਕਰਨ ਬਿਖੜੇ ਪੈਂਡੇ ਤੈਅ ਕਰਕੇ ਜਾਂਦੇ ਸਨ, ਉਹਨਾਂ ਪਹਾੜਾਂ ਦੀਆਂ ਕੰਧਰਾਂ ਦੇ ਵਿੱਚ ਕਠਿਨ ਥਾਵਾਂ ਦੇ ਉੱਤੇ ਕੰਧ ਮੂਲ ਖਾ ਕੇ ਯੋਗ ਸਾਧਨਾਵਾਂ ਸਾਧਨ ਵਾਲੇ ਇਹ ਯੋਗੀ ਜਾਂ ਸਿੱਧ ਉੱਥੇ ਨਿਵਾਸ ਰੱਖਿਆ ਕਰਦੇ ਸਨ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੀ ਪ੍ਰਚਾਰ ਫੇਰੀ ਦੇ ਦੌਰਾਨ ਕਸ਼ਮੀਰ ਦੇ ਇਲਾਕੇ ਵਿੱਚ ਕੈਲਾਸ਼ ਪਰਬਤ ਤੱਕ ਦਾ ਸਫ਼ਰ ਕੀਤਾ ਹੈ। ਮਹਾਰਾਜ ਦਾ ਤਿੱਬਤ ਦੇ, ਲੇਹ ਲਦਾਖ ਦੇ, ਲਾਹੌਲ ਸਪੀਤੀ ਦੇ ਇਲਾਕੇ ਵਿੱਚ ਜਾਣ ਦਾ ਵੀ ਭਰਪੂਰ ਜ਼ਿਕਰ ਸਾਨੂੰ ਇਤਿਹਾਸ ਦੇ ਪੰਨਿਆਂ ਤੋਂ ਮਿਲਦਾ ਹੈ। ਉੱਥੋਂ ਦੇ ਸਥਾਨਕ ਲੋਕਾਂ ਵਿੱਚ ਅੱਜ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਵੱਖਰੇ ਵੱਖਰੇ ਨਾਵਾਂ ਦੇ ਨਾਲ ਯਾਦ ਕੀਤਾ ਜਾਂਦਾ ਹੈ ਅਤੇ ਗੁਰੂ ਸਾਹਿਬ ਜੀ ਦੀ ਉੱਥੇ ਆਮਦ ਦੀ ਨਿਸ਼ਾਨੀ ਵਜੋਂ ਉਹਨਾਂ ਨੇ ਵੱਖ ਵੱਖ ਨਿਸ਼ਾਨੀਆਂ ਸਥਾਪਿਤ ਕੀਤੀਆਂ ਹੋਈਆਂ ਨੇ ਅਤੇ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਨੂੰ ਪੀੜ੍ਹੀ ਦਰ ਪੀੜ੍ਹੀ ਉਹ ਆਪਣੇ ਆਪਣੇ ਦਿੱਤੇ ਹੋਏ ਨਾਵਾਂ ਦੇ ਨਾਲ ਅੱਜ ਵੀ ਯਾਦ ਕਰਦੇ ਨੇ। ਇਹ ਨਿਸ਼ਾਨੀ ਹੈ ਇਸ ਗੱਲ ਦੀ ਕਿ ਗੁਰੂ ਪਾਤਸ਼ਾਹ ਜੀ ਨੇ ਜਦੋਂ ਇਸ ਤਰਫ ਦੇ ਸਫ਼ਰ ਕੀਤੇ ਸਨ ਤਾਂ ਇਹਨਾਂ ਥਾਵਾਂ ਵਿੱਚ, ਇਹਨਾਂ ਪਿੰਡਾਂ ਵਿੱਚ, ਇਹਨਾਂ ਨਗਰਾਂ ਵਿੱਚ, ਇਹਨਾਂ ਵਿਖੜੀਆਂ ਥਾਵਾਂ 'ਤੇ ਪਹੁੰਚ ਕੇ ਵੀ ਸਤਿਗੁਰੂ ਨੇ ਗੁਰਮਤਿ ਦਾ ਇਲਾਹੀ ਗਿਆਨ ਵੰਡਣ ਦਾ ਪਾਰੋਪਕਾਰ ਕੀਤਾ ਸੀ। ਤੋ ਅਸੀਂ ਜ਼ਿਕਰ ਕਰ ਰਹੇ ਹਾਂ ਜਿਸ ਨੂੰ ਭਾਈ ਗੁਰਦਾਸ ਜੀ ਨੇ ਸੁਮੇਰ ਲਿਖਿਆ। ਸੁਮੇਰ ਪਰਬਤ ਨਾਮ ਦਾ ਬੇਸਿਕਲੀ ਕੋਈ ਪਰਬਤ ਨਹੀਂ। ਹਾਂ, ਪੁਰਾਣਾਂ ਦੇ ਵਿੱਚ ਕਥਾ ਹੈ ਵੀ ਇੱਕ ਐਸਾ ਪਰਬਤ ਹੈ ਜਿਹੜਾ ਸੋਨੇ ਦਾ ਬਣਿਆ ਹੋਇਆ, ਉਹਨੂੰ ਸੁਮੇਰ ਪਰਬਤ ਕਿਹਾ ਜਾਂਦਾ ਅਤੇ ਉੱਥੇ ਦੇਵਤਿਆਂ ਦੀਆਂ ਪੁਰੀਆਂ ਨੇ, ਦੇਵਤੇ ਉੱਥੇ ਵੱਸਦੇ ਨੇ। ਔਰ ਇਤਿਹਾਸਕਾਰਾਂ ਨੇ ਸੁਮੇਰ ਪਰਬਤ ਮੇਰ ਤੋਂ ਭਾਵ ਲਿਆ। ਸੁਮੇਰ ਅਤੇ ਮੇਰ ਸਮਅਰਥੀ ਸ਼ਬਦ ਨੇ। ਜਿਵੇਂ ਪਿੱਤੀ ਨੂੰ ਸਪਿੱਤੀ ਕਿਹਾ ਜਾਂਦਾ, ਇਸੇ ਤਰ੍ਹਾਂ ਮੇਰ ਨੂੰ, ਮੇਰ ਦਾ ਅਰਥ ਹੈ ਵੱਡਾ ਪਰਬਤ, ਮੇਰੂ। ਜਿਵੇਂ ਮੋਤੀਆਂ ਦੀ ਮਾਲਾ ਹੋਵੇ ਅਤੇ ਉਹਦੇ ਵਿੱਚ ਜਿਹੜਾ ਵੱਡਾ ਮਣਕਾ ਉਹਨੂੰ ਮੇਰੂ ਮਣਕਾ ਕਹਿੰਦੇ ਨੇ। ਪਰਬਤਾਂ ਦੀ ਸ਼ਰੰਖਲਾ ਹੈ, ਪਰਬਤਾਂ ਦੀ ਇੱਕ ਲੜੀ ਹੈ ਅਤੇ ਉਹਨਾਂ ਦੇ ਵਿੱਚੋਂ ਜਿਹੜਾ ਵੱਡਾ ਉੱਚਾ ਪਰਬਤ ਹੈ ਹਿਮਾਲਾ ਪਰਬਤ, ਉਹਦੀਆਂ ਚੋਟੀਆਂ ਦੇ ਨਾਲ ਲੱਗਦਾ ਹੋਇਆ ਕੈਲਾਸ਼ ਪਰਬਤ, ਵੱਡਾ ਪਰਬਤ। ਭਾਵ ਉੱਥੇ ਸ਼ਿਵ ਦਾ ਅਸਥਾਨ ਹੋਣ ਕਰਕੇ, ਸ਼ਿਵਲਿੰਗ ਹੋਣ ਕਰਕੇ ਸਿੱਧ ਉਸ ਤਰਫ ਜਾਂਦੇ ਸਨ ਅਤੇ ਉਹ ਸਾਰੇ ਪਰਬਤਾਂ 'ਚ ਉਸ ਪਰਬਤ ਨੂੰ ਮੁੱਖ ਮੰਨਦੇ ਸਨ। ਇਸ ਕਰਕੇ ਉਹਨਾਂ ਪਰਬਤਾਂ ਦੇ ਵਿੱਚੋਂ ਉਹਨੂੰ ਮੇਰ ਜਾਂ ਸੁਮੇਰ ਪਰਬਤ ਕਹਿ ਕੇ ਉਹ ਬੁਲਾਇਆ ਕਰਦੇ ਸਨ। ਉਹੀ ਪ੍ਰਚਲਿਤ ਸ਼ਬਦ ਭਾਈ ਗੁਰਦਾਸ ਜੀ ਨੇ ਆਪਣੀ ਇਸ ਪੌੜੀ ਦੇ ਵਿੱਚ ਵਰਤਿਆ। ਭਾਈ ਸਾਹਿਬ ਜੀ ਦੀ ਇਸ ਪੌੜੀ ਨੂੰ ਆਪਾਂ ਵਿਚਾਰਦੇ ਹਾਂ। ਪਹਿਲੀ ਪੰਕਤੀ ਵਿੱਚ ਭਾਈ ਸਾਹਿਬ ਜੀ ਲਿਖਦੇ ਨੇ, ਬਾਬੇ ਡਿੱਠੀ ਪਿਰਥਮੀ ਨਵੇਂ ਖੰਡ ਜਿੱਥੇ ਤੱਕ ਆਹੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਲੇ ਦੁਆਲੇ ਨੂੰ, ਬੜੇ ਵੱਡੇ ਖੇਤਰ ਨੂੰ ਵੇਖਿਆ। ਹੁਣ ਭਾਈ ਸਾਹਿਬ ਜੀ ਕਿਉਂਕਿ ਕਾਵਿ ਰੂਪ ਵਿੱਚ ਲਿਖ ਰਹੇ ਨੇ ਅਤੇ ਲੋਕ ਬੋਲੀ ਵਿੱਚ ਆਪਣੀਆਂ ਪੌੜੀਆਂ ਨੂੰ ਭਾਈ ਸਾਹਿਬ ਜੀ ਨੇ ਲਿਖਿਆ,
ਲੋਕ ਬੋਲੀ ਅਤੇ ਕਾਵਿ ਦੋ ਚੀਜ਼ਾਂ ਜਦੋਂ ਆਪਸ ਵਿੱਚ ਰਲਦੀਆਂ ਨੇ, ਕਵਿਤਾ ਦੇ ਵਿੱਚ ਅਲੰਕਾਰ ਵਰਤੇ ਜਾਂਦੇ ਨੇ, ਉਹਦੇ ਵਿੱਚ ਆਤਕਥਨੀ ਅਲੰਕਾਰ ਦਾ ਵੀ ਜ਼ਿਕਰ ਅਸੀਂ ਪੜ੍ਹਦੇ ਹਾਂ, ਅਤੇ ਲੋਕ ਬੋਲੀ ਦੇ ਵਿੱਚ ਮੁਹਾਵਰਾ ਹੁੰਦਾ, ਪ੍ਰਤੀਕ ਹੁੰਦਾ, ਬਿੰਬ ਹੁੰਦੇ ਨੇ। ਇਸ ਤਰ੍ਹਾਂ ਲੋਕ ਬੋਲੀ ਅਤੇ ਕਾਵਿ ਜਦੋਂ ਆਪਸ ਵਿੱਚ ਰਲਦੇ ਨੇ ਤਾਂ ਇੱਕ ਨਵਾਂ ਰੰਗ ਪੈਦਾ ਹੁੰਦਾ, ਗੱਲ ਨੂੰ ਕਹਿਣ ਦਾ ਇੱਕ ਅੰਦਾਜ਼ ਵੱਖਰੇ ਤਰੀਕੇ ਨਾਲ ਪ੍ਰਗਟ ਹੁੰਦਾ। ਭਾਈ ਸਾਹਿਬ ਜੀ ਨੇ ਇੱਥੇ ਪ੍ਰਿਥਵੀ ਨੂੰ ਵੇਖਣ ਦਾ ਨੌ ਖੰਡ, ਜਿੱਥੋਂ ਤੱਕ ਵੀ ਪ੍ਰਿਥਵੀ ਹੈ ਨੌ ਖੰਡ ਨੇ, ਉਹਨਾਂ ਦਾ ਜ਼ਿਕਰ ਕੀਤਾ ਹੈ। ਦਰਅਸਲ ਇਸ ਦਾ ਭਾਵ ਹੈ ਬਹੁਤ ਵੱਡਾ ਖੇਤਰ, ਜਿਵੇਂ ਅਸੀਂ ਕਿਸੇ ਬਹੁਤ ਵੱਡੀ ਚੀਜ਼ ਨੂੰ ਬਿਆਨ ਕਰਨ ਵਾਸਤੇ ਕੋਈ ਉਪਮਾ, ਤਸ਼ਬੀਹ, ਤੁਲਨਾ ਵਰਤਦੇ ਹਾਂ, ਕੋਈ ਪ੍ਰਤੀਕ ਵਰਤਦੇ ਹਾਂ, ਕੋਈ ਮੁਹਾਵਰਾ ਵਰਤਦੇ ਹਾਂ, ਕੋਈ ਅਲੰਕਾਰ ਵਰਤਦੇ ਹਾਂ। ਅਲੰਕਾਰ ਦਾ ਅਰਥ ਹੁੰਦਾ ਗਹਿਣਾ, ਕਿਸੇ ਗੱਲ ਨੂੰ ਬਿਆਨ ਕਰਨ ਵਾਸਤੇ ਉਹਨੂੰ ਸ਼ਿੰਗਾਰ ਕੇ ਪੇਸ਼ ਕਰਨਾ। ਤੋ ਭਾਈ ਗੁਰਦਾਸ ਜੀ ਲਿਖਦੇ ਨੇ, ਬਾਬੇ ਡਿੱਠੀ ਪ੍ਰਿਥਵੀ ਨਵੇਂ ਖੰਡ ਜਿੱਥੇ ਤੱਕ ਆਹੀ, ਬੜੀ ਦੂਰ ਦਰਾਜ ਤੱਕ ਗੁਰੂ ਪਾਤਸ਼ਾਹ ਜੀ ਨੇ ਧਰਤੀ ਦਾ ਭ੍ਰਮਣ ਕੀਤਾ, ਫਿਰ ਜਾਏ ਚੜ੍ਹਿਆ ਸੁਮੇਰ ਪਰ ਸਿੱਧ ਮੰਡਲੀ ਦ੍ਰਿਸ਼ਟੀ ਆਈ। ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸੁਮੇਰ ਪਰਬਤ ਯਾਨੀ ਕੈਲਾਸ਼ ਪਰਬਤ ਮਾਨ ਸਰੋਵਰ ਝੀਲ ਵੱਲ ਗਏ, ਉੱਥੇ ਗੁਰੂ ਪਾਤਸ਼ਾਹ ਨੂੰ ਸਿੱਧਾਂ ਦੀ ਮੰਡਲੀ ਨਜ਼ਰੀ ਪਈ, ਭਾਵ ਉੱਥੇ ਸਿੱਧ ਮੰਡਲੀ ਨੂੰ ਜਾ ਕੇ ਸਤਿਗੁਰੂ ਜੀ ਮਿਲੇ। ਚੌਰਾਸੀ ਸਿੱਧ ਗੋਰ ਖਾਦ ਮਨ ਅੰਦਰ ਗਣਤੀ ਵਰਤਾਈ। ਇੱਥੇ ਭਾਈ ਸਾਹਿਬ ਜੀ ਨੇ 84 ਸਿੱਧਾਂ ਦਾ, ਕਿਉਂਕਿ 84 ਸਿੱਧ ਉਹਨਾਂ ਦੇ ਵਿੱਚ ਮੁੱਖ ਮੰਨੇ ਜਾਂਦੇ ਨੇ, ਗੋਰਖ ਆਦਿ, ਗੋਰਖ ਇਸ ਮਤ ਦਾ, ਯੋਗ ਮਤ ਦਾ ਮੋਢੀ ਮੰਨਿਆ ਜਾਂਦਾ, ਮੁੱਖ ਆਗੂ ਮੰਨਿਆ ਜਾਂਦਾ, ਅਤੇ ਮਗਰਲੇ ਵੱਡੇ ਜੋਗੀ ਵੀ ਆਪਣਾ ਨਾਮ ਗੋਰਖ ਦੇ ਨਾਮ 'ਤੇ ਰੱਖਦੇ ਸਨ, ਜਾਂ ਉਹਨਾਂ ਦੇ ਚੇਲੇ ਚਾਟੜੇ ਜਾਂ ਸ਼ਰਧਾਲੂ ਉਹਨਾਂ ਵੱਡੇ ਜੋਗੀਆਂ ਵੱਡੇ ਸਿੱਧਾਂ ਨੂੰ ਨਾਥਾਂ ਨੂੰ ਵੀ ਗੋਰਖ ਦੇ ਨਾਮ ਦੇ ਨਾਲ ਹੀ ਯਾਦ ਕਰਦੇ ਸਨ। ਐਸਾ ਚਲਨ ਮੁਸਲਮਾਨ ਫਕੀਰਾਂ ਦੇ ਵਿੱਚ ਵੀ ਰਿਹਾ ਅਤੇ ਜੋਗੀਆਂ ਦੇ ਵਿੱਚ ਵੀ ਰਿਹਾ ਕਿ ਵੱਡੇ ਆਗੂ ਦੇ ਮੋਢੀ ਦੇ ਨਾਮ ਦੇ ਉੱਤੇ ਬਾਕੀਆਂ ਦੇ ਨਾਮ ਵੀ ਉਸੇ ਤਰ੍ਹਾਂ ਹੀ ਰੱਖ ਲਏ ਜਾਂਦੇ ਸਨ, ਉਹਨੂੰ ਉਹਦਾ ਹੀ ਰੂਪ ਮੰਨਿਆ ਜਾਂਦਾ ਸੀ। ਇੱਥੇ ਭਾਈ ਸਾਹਿਬ ਜੀ ਲਿਖਦੇ ਨੇ, 84 ਸਿੱਧ ਗੋਰ ਖਾਦ ਮਨ ਅੰਦਰ ਗਣਤੀ ਵਰਤਾਈ। 84 ਸਿੱਧਾਂ ਦੇ ਪੈਰੋਕਾਰ ਅਤੇ ਗੋਰ ਖਾਦਕ ਦੇ ਪੈਰੋਕਾਰ ਜਿਹੜੇ ਸਿੱਧ ਸਨ, ਜੋਗੀ ਸਨ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਤੱਕ ਕੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੇ ਮਨ ਅੰਦਰ ਬੜੀ ਗਣਤ, ਗਣਤ ਦਾ ਅਰਥ ਵੈਰ ਵੀ ਹੈ, ਹਸਦ ਵੀ ਹੈ, ਈਰਖਾ ਵੀ ਹੈ, ਰਸ਼ਕ ਵੀ ਹੈ, ਭਾਵ ਉਹਨਾਂ ਦੇ ਮਨ ਅੰਦਰ ਇੱਕ ਦੂਰੀ ਦਾ ਅਹਿਸਾਸ ਬਣਿਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਜਿਸ ਵੇਲੇ ਉਹ ਮਿਲੇ ਤਾਂ ਉਹਨਾਂ ਨੇ ਪ੍ਰਸ਼ਨ ਕੀਤਾ, ਸਿੱਧ ਪੁੱਛਣ ਸੁਣ ਬਾਲਿਆ ਕੌਣ ਸ਼ਕਤ ਤੁਸੀਂ ਇੱਥੇ ਲਿਆਈ। ਸਿੱਧ ਆਪਣੇ ਆਪ ਨੂੰ ਬਜ਼ੁਰਗ ਅਤੇ ਵੱਡੇ ਮੰਨਦੇ ਸਨ, ਕਿਉਂਕਿ ਲੋਕ ਉਹਨਾਂ ਦੀ ਪੂਜਾ ਪ੍ਰਤਿਸ਼ਠਾ ਕਰਦਿਆਂ ਉਹਨਾਂ ਨੂੰ ਬਹੁਤ ਉੱਚੇ ਰੁਤਬਿਆਂ ਨਾਲ ਸਨਮਾਨਦੇ ਸਨ, ਅਤੇ ਆਮ ਸਧਾਰਨ ਲੋਕਾਂ ਨੂੰ ਉਹ ਬਾਲ ਕੇ, ਬਾਲਾ ਜਾਂ ਬਾਲ ਕਹਿ ਕੇ ਹੀ ਸੱਦਿਆ ਕਰਦੇ ਸਨ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਉਹ ਪੁੱਛਦੇ ਨੇ, ਸਿੱਧ ਪੁੱਛਣ ਸੁਣ ਬਾਲਿਆ, ਹੇ ਬਾਲਕ ਸੁਣ, ਕੌਣ ਸ਼ਕਤ ਤੋਹੇ ਇੱਥੇ ਲਿਆਈ, ਕਿਹੜੀ ਤਾਕਤ ਤੈਨੂੰ ਇੰਨੀ ਦੂਰ ਲੈ ਆਈ ਹੈ, ਭਾਵ ਤੇਰੇ ਅੰਦਰ ਕੀ ਪ੍ਰੇਰਣਾ, ਕੀ ਪ੍ਰਯੋਜਨ ਹੈ ਤੇਰਾ ਇੱਥੇ ਆਉਣ ਦਾ। ਸ਼ਕਤ ਦਾ ਅਰਥ ਹੈ ਤੇਰਾ ਮਕਸਦ ਕੀ ਹੈ, ਤੇਰਾ ਪ੍ਰਯੋਜਨ ਕੀ ਹੈ, ਤੇਰੇ ਅੰਦਰ ਕੀ ਐਸੀ ਅੰਤਰ ਪ੍ਰੇਰਣਾ ਹੈ ਜਿਸ ਕਾਰਨ ਤੂੰ ਇੰਨੀ ਦੂਰ ਤੁਰਿਆ ਹੈ, ਜਿੱਥੇ ਆਮ ਗ੍ਰਿਸਤੀ, ਆਮ ਸਮਾਜਿਕ ਮਨੁੱਖ ਆਉਂਦੇ ਹੀ ਨਹੀਂ। ਤੂੰ ਇੱਕ ਪਾਸੇ ਗ੍ਰਿਸਤ ਦੀ ਵਕਾਲਤ ਕਰਨ ਵਾਲਾ ਹੈ, ਇੱਕ ਪਾਸੇ ਤੂੰ ਆਮ ਸਮਾਜ ਵਿੱਚ ਰਹਿਣ ਵਾਲਾ ਹੈ, ਠੀਕ ਹੈ ਤੇਰਾ ਲਿਬਾਸ ਭੇਖ ਵੱਖਰਾ ਹੈ, ਪਰ ਫਿਰ ਤੇਰਾ ਇੱਥੇ ਆਉਣ ਦਾ ਕੀ ਪ੍ਰਯੋਜਨ ਹੈ। ਸਾਡੀ ਪ੍ਰੇਰਣਾ, ਸਾਡਾ ਪ੍ਰਯੋਜਨ, ਸਾਡਾ ਮਕਸਦ ਤਾਂ ਇਹ ਹੈ ਵੀ ਅਸੀਂ ਇੱਥੇ ਯੋਗ ਸਾਧਨਾਵਾਂ ਕਰਨ ਵਾਸਤੇ ਆਉਂਦੇ ਹਾਂ, ਤੇਰੇ ਇੱਥੇ ਆਉਣ ਦਾ ਕੀ ਕਾਰਨ ਹੋ ਸਕਦਾ। ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਨੇ ਫਰਮਾਇਆ, ਭਾਈ ਸਾਹਿਬ ਜੀ ਲਿਖਦੇ ਨੇ, ਹਉ ਜਪਿਆ ਪਰਮੇਸ਼ਰੋ ਭਾਓ ਭਗਤ ਸੰਗ ਤਾੜੀ ਲਾਈ। ਗੁਰੂ ਨਾਨਕ ਮਹਾਰਾਜ ਨੇ ਕਿਹਾ, ਮੈਂ ਤਾਂ ਕੇਵਲ ਪਰਮੇਸ਼ਰ ਨੂੰ ਜਪਣ ਵਾਲਾ ਹਾਂ, ਮੇਰੀ ਅਸਲ ਸ਼ਕਤੀ, ਮੇਰੀ ਅਸਲ ਅੰਤਰ ਪ੍ਰੇਰਣਾ ਦਾ ਸੋਮਾ, ਅੰਤਰ ਪ੍ਰੇਰਣਾ ਦਾ ਅਸਲ ਮੂਲ ਪਰਮੇਸ਼ਰ ਹੈ, ਅਕਾਲ ਪੁਰਖ ਦੇ ਗੁਣ, ਪਰਮੇਸ਼ਰ ਦਾ ਹੁਕਮ, ਰੱਬ ਦਾ ਨਾਮ। ਹਉ ਜਪਿਆ ਪਰਮੇਸ਼ਰੋ ਭਾਓ ਭਗਤ ਸੰਗ ਤਾੜੀ ਲਾਈ। ਹੇ ਸਿੱਧ ਲੋਕੋ, ਜਿਵੇਂ ਤੁਸੀਂ ਬਾਹਰੋਂ ਸਮਾਧੀਆਂ ਲਾਉਂਦੇ ਹੋ, ਅਟੰਕ ਹੋ ਕੇ ਬੈਠਦੇ ਹੋ, ਸਾਹਾਂ ਨੂੰ ਰੋਕਣ ਦੀ ਪ੍ਰਕਿਰਿਆ ਚਲਾਉਂਦੇ ਹੋ, ਜਿਸ ਨੂੰ ਤੁਸੀਂ ਈੜਾ, ਪਿੰਗਲਾ ਅਤੇ ਸੁਖਮਨਾ ਆਖਦੇ ਹੋ, ਪਰ ਮੇਰੇ ਵਾਸਤੇ ਤਾੜੀ ਸਮਾਧੀ ਕੀ ਹੈ। ਭਾਓ ਭਗਤ, ਭਾਓ ਦਾ ਅਰਥ ਹੈ ਪ੍ਰੇਮ, ਮੁਹੱਬਤ,
ਅਤੇ ਭਗਤ ਦਾ ਅਰਥ ਹੈ ਰੱਬੀ ਗੁਣਾਂ ਦਾ, ਰੱਬੀ ਨਾਮ ਦਾ ਚਿੰਤਨ ਕਰਨਾ, ਮੇਰੇ ਵਾਸਤੇ ਹਿਰਦੇ ਵਿੱਚ ਪ੍ਰੇਮ ਰੱਖਣਾ ਕਾਦਰ ਦੇ ਪ੍ਰਤੀ, ਕੁਦਰਤ ਦੇ ਪ੍ਰਤੀ ਅਤੇ ਖਲਕਤ ਦੇ ਪ੍ਰਤੀ। ਔਰ ਇਸ ਪ੍ਰੇਮ ਦੇ ਵਸ ਵਿੱਚ ਪਰਮੇਸ਼ਰ ਅਕਾਲ ਪੁਰਖ ਦੇ ਗੁਣਾਂ ਦਾ ਚਿੰਤਨ ਕਰਨਾ, ਇਹ ਭਾਓ ਭਗਤ ਹੀ, ਭਾਓ ਭਗਤ ਦੀ ਨੇੜਤਾ ਹੀ, ਭਾਓ ਭਗਤ ਦਾ ਇਹ ਸੰਕਲਪ ਹੀ ਮੇਰੇ ਵਾਸਤੇ ਸਮਾਧੀ ਹੈ, ਮੈਂ ਇਹੀ ਸਮਾਧੀ ਲਾਉਂਦਾ ਹਾਂ। ਫਿਰ ਸਿੱਧ ਅਗਲਾ ਪ੍ਰਸ਼ਨ ਕਰਦੇ ਨੇ, ਆਖਣ ਸਿੱਧ ਸੁਣ ਬਾਲਿਆ ਆਪਣਾ ਨਾਂ ਤੁਮ ਦੇਹੋ ਬਤਾਈ। ਸਿੱਧਾਂ ਨੇ ਆਖਿਆ, ਹੇ ਬਾਲਕ ਸਾਨੂੰ ਤੂੰ ਆਪਣਾ ਨਾਂ ਦੱਸ, ਤੇਰਾ ਨਾਂ ਕੀ ਹੈ। ਨਾਂ ਪੁੱਛਣ ਦਾ ਕਾਰਨ ਇੱਕ ਤਾਂ ਪਛਾਣ ਪੁੱਛਣਾ ਹੈ, ਅਤੇ ਦੂਜਾ ਜਦੋਂ ਜੋਗੀ ਜੋਗੀਆਂ ਨੂੰ ਮਿਲਦੇ ਸਨ ਤਾਂ ਉਹ ਜਾਣਨਾ ਚਾਹੁੰਦੇ ਸਨ ਵੀ ਤੂੰ ਜੋਗੀ ਤਾਂ ਹੈ ਪਰ ਤੂੰ ਜੋਗੀਆਂ ਦੇ 12 ਪੰਥਾਂ ਵਿੱਚੋਂ ਕਿਹੜੇ ਪੰਥ ਨਾਲ ਸੰਬੰਧਿਤ ਹੈ, ਤੂੰ ਕਿਸ ਨੂੰ ਗੁਰੂ ਧਾਰਨ ਕੀਤਾ ਹੈ, ਤੇਰਾ ਨਾਂ ਕੀ ਧਰਿਆ ਗਿਆ। ਕਿਉਂਕਿ ਗ੍ਰਿਸ਼ਤੀਆਂ ਵਾਲਾ ਨਾਂ ਬਦਲ ਕੇ ਜੋਗੀ ਆਪਣੇ ਹਿਸਾਬ ਨਾਲ ਨਾਂ ਤੈਅ ਕਰ ਲੈਂਦੇ ਸਨ। ਤੂੰ ਸਿੱਧਾਂ ਨੇ ਪ੍ਰਸ਼ਨ ਕੀਤਾ, ਆਖਣ ਸਿੱਧ ਸੁਣ ਬਾਲਿਆ ਆਪਣਾ ਨਾਂ ਤੁਮ ਦੇਹੋ ਬਤਾਈ। ਅੱਗੇ ਜਵਾਬ ਅੰਕਿਤ ਕੀਤਾ ਭਾਈ ਗੁਰਦਾਸ ਜੀ ਨੇ, ਬਾਬਾ ਆਖੇ ਨਾਥ ਜੀ ਨਾਨਕ ਨਾਮ ਜਪੇਗਾ ਤਪਾਈ। ਆਖਿਆ, ਹੇ ਨਾਥ ਜੀ ਮੇਰਾ ਨਾਂ ਨਾਨਕ ਹੈ ਅਤੇ ਮੈਂ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਹੀ ਉੱਚੀ ਆਤਮਕ ਅਵਸਥਾ ਹਾਸਲ ਕਰਨ ਦਾ ਹਾਮੀ ਹਾਂ। ਮੈਂ ਪਰਮੇਸ਼ਰ ਦੇ ਨਾਮ, ਪਰਮੇਸ਼ਰ ਦੇ ਗੁਣ, ਪਰਮੇਸ਼ਰ ਦੇ ਹੁਕਮ ਵਿੱਚ ਯਕੀਨ ਕਰਕੇ ਉੱਚੀ ਆਤਮਕ ਅਵਸਥਾ ਨੂੰ ਹਾਸਲ ਕਰਨ ਦਾ ਹਾਮੀ ਹਾਂ ਅਤੇ ਮੈਂ ਇਸ ਖਿਆਲ ਦਾ ਹਾਮੀ ਹਾਂ, ਨੀਚ ਕਹਾਏ ਊਚ ਕਰੇ ਆਏ, ਵੀ ਆਪਣੇ ਆਪ ਨੂੰ ਨੀਵਾਂ ਅਖਵਾ ਕੇ ਭਾਵ ਨਿਮਰਤਾ ਵਿੱਚ ਰੱਖ ਕੇ, ਹਲੇਮੀ ਵਿੱਚ ਰੱਖ ਕੇ, ਗਰੀਬੀ ਦਾ, ਧੀਰਜ ਦਾ, ਸਹਿਣਸ਼ੀਲਤਾ ਦਾ ਇਹ ਅਨੂਪਮ ਗੁਣ ਜੀਵਨ ਵਿੱਚ ਧਾਰਨ ਕਰਕੇ ਊਚ ਕਰ ਉੱਚੀ ਆਤਮਕ ਅਵਸਥਾ ਵਿੱਚ ਆ ਸਕੀਦਾ ਹੈ, ਉੱਚੀ ਆਤਮਕ ਅਵਸਥਾ ਬਣਾ ਸਕੀਦੀ ਹੈ। ਉੱਚਾ ਜੀਵਨ ਘੜਨ ਵਾਸਤੇ ਸਾਨੂੰ ਨਿਮਰ ਹੋਣਾ, ਮਿਠਾਸ ਭਰਪੂਰ ਹੋਣਾ, ਧੀਰਜ ਵਾਲਾ ਹੋਣਾ, ਇਹ ਜਿਹੜੇ ਅਦੁੱਤੀ ਗੁਣ ਜੀਵਨ ਦੇ ਵਿੱਚ ਇਹ ਜਿਹੜੀ ਕੁਆਲਿਟੀ ਹੈ ਇਹ ਹੋਣੀ ਬੜੀ ਜ਼ਰੂਰੀ ਹੈ, ਮੈਂ ਇਸ ਖਿਆਲ ਦਾ ਹਾਮੀ ਹਾਂ। ਤੋ ਭਾਈ ਗੁਰਦਾਸ ਜੀ ਲਿਖਦੇ ਨੇ, ਗੁਰੂ ਨਾਨਕ ਪਾਤਸ਼ਾਹ ਨੇ ਆਪਣਾ ਨਾਮ ਵੀ ਦੱਸਿਆ, ਆਪਣਾ ਪ੍ਰਯੋਜਨ ਮਕਸਦ ਵੀ ਬਿਆਨ ਕੀਤਾ, ਔਰ ਇਹ ਵੀ ਦੱਸਿਆ ਵੀ ਮੈਂ ਇਸ ਨੁਕਤੇ 'ਤੇ ਕੇਂਦਰਿਤ ਹਾਂ ਵੀ ਮਨੁੱਖ ਦੇ ਜੀਵਨ ਵਿੱਚ ਜੇ ਧੀਰਜ ਨਹੀਂ, ਮਿਠਾਸ ਨਹੀਂ, ਦਇਆ ਨਹੀਂ, ਸਹਿਣਸ਼ੀਲਤਾ ਨਹੀਂ, ਨਿਮਰਤਾ ਅਤੇ ਗਰੀਬੀ ਨਹੀਂ, ਤਾਂ ਉਹ ਕਿਸੇ ਵੀ ਹੀਲੇ ਉੱਚੀ ਆਤਮਕ ਅਵਸਥਾ, ਉੱਚਾ ਅਤੇ ਸੁੱਚਾ ਜੀਵਨ ਘੜ ਨਹੀਂ ਸਕਦਾ, ਬਣਾ ਨਹੀਂ ਸਕਦਾ। ਪਰਮੇਸ਼ਰ ਦੇ ਦਰ 'ਤੇ ਪ੍ਰਵਾਨ ਹੋਣ ਵਾਸਤੇ ਭੇਖਾਂ ਦੀ, ਬਾਹਰੀ ਸਮਾਧੀਆਂ ਦੀ ਨਹੀਂ, ਬਲਕਿ ਅਦੁੱਤੀ ਅਤੇ ਅਨੂਪਮ ਗੁਣਾਂ ਦੀ ਜੀਵਨ ਦੇ ਵਿੱਚ ਲੋੜ ਦੇ ਉੱਤੇ ਗੁਰੂ ਪਾਤਸ਼ਾਹ ਜੀ ਨੇ ਜ਼ੋਰ ਦਿੱਤਾ। ਅਗਲੀ ਪੌੜੀ ਦੀ ਵਿਚਾਰ ਭਾਈ ਗੁਰਦਾਸ ਜੀ ਕਿਵੇਂ ਬਿਆਨ ਕਰਦੇ ਨੇ ਉਸ ਨੂੰ ਆਪਾਂ ਅੱਗੇ ਵਿਚਾਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ